ਅਸਲਾਮ ਅਲੈਕਮ ਜੀ, ਸਭ ਦੋਸਤਾਂ ਭਰਾਵਾਂ ਸੱਜਣਾ ਬੇਲੀਆਂ ਨੂੰ ਅਸਲਾਮ ਅਲੈਕਮ ਜੀ। ਕੀ ਹਾਲ ਹੈ ਮੇਰੇ ਭਰਾਓ, ਕੈਸੀਆਂ ਤਬੀਤਾਂ ਜੇ? ਸਭ ਦੋਸਤ ਠੀਕ ਨੇ? ਤੁਹਾਨੂੰ ਬਾਅਦ ਚੋਂ ਰਮਜ਼ਾਨ ਮੁਬਾਰਕ ਹੋਵੇ ਜੀ। ਸੁਬਹਾ ਮਾਸ਼ਾਅੱਲਾ ਖੈਰ ਖਰੀਆ ਨਾਲ ਆਏਗਾ ਅਤੇ ਖੈਰ ਖਰੀਆ ਨਾਲ ਆਪਣਾ ਮੰਜ਼ਿਲ ਤੈਅ ਕਰਦਾ ਹੋਵੇ ਜਾਵੇ। ਸਭ ਦੇ ਸਭ ਦੋਸਤਾਂ ਨੂੰ ਅੱਲਾਹ ਤਾਲਾ ਤਫੀਕ ਦੇਵੇ ਰੋਜ਼ੇ ਰੱਖਣ ਦੀ। ਅਤੇ ਮੁਸਲਮਾਨ ਵਾਸਤੇ ਇੱਕ ਬੜਾ ਵੱਡਾ ਦਿਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਅਲਹਮਦੁਲਿਲਾ ਜੀ, ਅਸੀਂ ਹਰ ਮੁਸਲਮਾਨ ਇਸੇ ਦਿਨ ਦਾ ਇੰਤਜ਼ਾਰ ਕਰਦਾ ਹੈ ਅਤੇ ਖਿਆ ਕਰੀਏ ਨਾ ਆਉਣ ਅਤੇ ਖਿਆ ਕਰੀਏ ਨਾ ਜਾਣ। ਅਤੇ ਬਾਕੀ ਸਭ ਦੋਸਤ ਠੀਕ ਨੇ ਜੀ। ਅੱਜ ਮੈਂ ਆਪਣੀ ਛੱਤ 'ਤੇ ਬੈਠਾ ਹਾਂ ਜੀ ਅਤੇ ਆਪਣੇ ਦੋਸਤਾਂ ਨੂੰ ਅੱਜ ਆਪਣੇ ਕਬੂਤਰਾਂ ਦਾ ਸ਼ੌਕ ਕਰਾਵਾਂਗਾ। ਅਤੇ ਉਸ ਦਿਨ ਅਸੀਂ ਉੱਥੇ ਆਪਣੇ ਸ਼ਗਿਰਦਾਂ ਦੀ ਛੱਤ 'ਤੇ ਕਬੂਤਰ ਸਾਂਭ ਕੇ ਆਏ ਸਾਂ ਅਤੇ ਅੱਲਾਹ ਪਾਕ ਨੇ ਬੜੀ ਸੋਹਣੀ ਇੱਜ਼ਤ ਦਿੱਤੀ, ਸਾਰਿਆਂ ਜਿੱਤ ਗਿਆ ਸਾਂ। ਅਤੇ ਇੱਕ ਛੱਤ 'ਤੇ ਬੈਠੇ ਹਾਂ 6:45 ਅਤੇ ਇੱਕ ਛੱਤ 'ਤੇ ਜਿਹੜੇ ਮਾੜੇ ਜਿਹੇ ਛੱਤ ਸੀ ਉਹਦੇ ਬੈਠੇ ਹਾਂ 5:45 ਅਤੇ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਸੀ। ਅਤੇ ਹੋਰ ਸਭ ਖੈਰ ਹੈ ਜੀ, ਸਭ ਦੋਸਤ ਠੀਕ ਨੇ ਮਾਸ਼ਾਅੱਲਾ ਜੀ। ਦੋਸਤ ਆ ਗਏ ਨੇ ਜੀ, ਮੀਆਂ ਅਰਸ਼ਦ ਸਾਹਿਬ, ਮੇਰਾ ਸ਼ਗੀਰ ਖਾਸੋ ਖਾਸ। ਵਾਹ ਜੀ ਵਾਹ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਸਾਹ ਜੂਨੀ ਵਿੱਚ ਆ ਗਿਆ ਜੀ। ਜੂਨੀ ਜੀ, ਕੀ ਹਾਲ ਨੇ? ਮਾਸ਼ਾਅੱਲਾ ਜੀ ਮਾਸ਼ਾਅੱਲਾ। ਦੋਸਤ ਆਉਣੇ ਸ਼ੁਰੂ ਹੋ ਗਏ ਨੇ ਜੀ ਅਤੇ ਬੜੀ ਬੜੀ ਦੋਸਤਾਂ ਦੀ ਮਿਹਰਬਾਨੀ ਹੈ ਜੀ, ਇਹ ਲਾਈਕ ਕਰਦੇ ਨੇ ਅਤੇ ਪਿਆਰ ਦੋਸਤਾਂ ਦਾ। ਅਤੇ ਮੈਂ ਜੀ ਤੁਹਾਨੂੰ ਅੱਜ ਕਬੂਤਰ ਆਪਣਾ ਜ਼ਰੂਰ ਸ਼ੌਕ ਕਰਾਵਾਂਗਾ ਜੀ, ਇਨਸ਼ਾਅੱਲਾ ਅੱਲਾਹ ਦੀ ਰਹਿਮਤ ਨਾਲ। ਇਹ ਜੀ ਕਬੂਤਰ ਸਾਡੇ ਦਾਣਾ ਖਾਣ ਡਿਆ ਨੇ ਅਤੇ ਅਲੀ ਅਹਿਮਦ ਜਾ ਸਕੋ ਨਾ, ਕੋਈ ਟੈਡੀ ਪੱਠੀ ਪੁੱਠੀ ਫੱਕ ਲਿਆ ਤੋਂ ਲਿਆ ਦਾ ਸ਼ੌਕ ਰਹੀ ਹੈ। ਹਾਂਜੀ, ਚੰਗਾ ਪਤਾ ਸਾਰੇ ਕਬੂਤਰ ਡਰਾ ਤੇ ਨੇ। ਜੀ ਆ ਝੂਨੀ, ਵਾਹ ਜੀ ਮੀਆਂ ਅਰਸ਼ਦ ਸਾਹਿਬ, ਮੀਆਂ ਜੀ ਠੀਕ ਹੋ ਗਿਆ, ਵਧੀਆ ਹੋ ਗਿਆ। ਦੇਖੋ ਜੀ, ਇਹ ਸਾਡਾ 41 ਨੰਬਰ ਕਬੂਤਰ ਹੈ ਜੀ, ਮਾਸ਼ਾਅੱਲਾ ਠੀਕ ਹੈ। ਮੇਰੇ ਕੋਲ ਸਾਰੇ ਟੈਡੀ ਕਬੂਤਰ ਨੇ ਜਾਂ ਥੋੜ੍ਹੇ ਲਾਲ ਖਾਣ, ਉਹ ਲਾਪਰੇ ਬੱਚੇ ਹੈਗੇ ਨਹੀਂ, ਉਹ ਲਾਪਰੇ ਦੋ ਬੱਚੇ ਦੂਜੇ ਨਹੀਂ ਜੀ। ਦੋਸਤਾਂ ਨੂੰ ਸ਼ੌਕ ਕਰਾਉਂਦੇ ਜੀ, ਮਾਸ਼ਾਅੱਲਾ ਜੀ ਮਜ਼ਾ ਹੈਗਾ ਜੀ। ਦੇਖੋ ਜੀ ਦੋਸਤੋ, ਸੱਜਣੋ ਅਤੇ ਬੇਲੀਓ ਅਤੇ ਵੀਰੋ ਅਤੇ ਸੱਜਣੋ, ਗਰਮੀ ਬਹੁਤ ਜ਼ਿਆਦਾ ਅਤੇ ਜਿਸ ਵੇਲੇ ਵੀ ਰੋਜ਼ਾ ਖੋਲ੍ਹੋ ਅਤੇ ਨਾ ਤਾਂ ਕੋਈ ਕੋਕ ਸ਼ੋਕ ਪੀਣੀ ਹੈ, ਕਿਸੇ ਕਿਸਮ ਦੀ ਕੋਈ ਬੋਤਲ ਨਹੀਂ ਪੀਣੀ, ਸਾਦੇ ਪਾਣੀ ਨਾਲ ਰੋਜ਼ਾ ਖੋਲ੍ਹੋ ਅਤੇ ਉਸ ਤੋਂ ਬਾਅਦ ਸਾਦਗੀ ਦਾ ਖਾਣਾ ਖਾਓ ਅਤੇ ਸਿਹਤ ਵਾਸਤੇ ਬਹੁਤ ਅੱਛੀ ਚੀਜ਼ ਹੈ। ਹੈਂਜੀ, ਲਿਓ ਜੜੇ ਮੈਂ ਦਿਖਾਓ ਬੱਚਾ। ਲਓ ਜੀ, ਇਹ ਟੈਡੀ ਬੱਚਾ ਤੁਹਾਨੂੰ ਦਿਖਾ ਰਿਹਾ ਜੀ, ਇਹਦਾ ਸ਼ੌਕ ਕੀਤਾ ਜਾਵੇ ਜੀ ਬੱਚੇ ਦਾ। ਅਲੀ ਅਹਿਮਦ ਜੀ ਦਰਾਓ, ਅਲੀ ਅਹਿਮਦ ਜੀ ਪੜ ਖੋਲ ਪੜਦੇ ਬੱਚਾ ਨਗਰੀ ਜੀ ਹੈ, ਲੱਭ ਰਹੇ ਨੇ ਪਾ ਰਹੇ ਨੇ, ਲੱਭ ਦੋ ਬੱਚਾ। ਵਾਹ ਜੀ ਵਾਹ, ਠੀਕ ਹੋ ਗਿਆ ਜੀ। ਉਹ ਬੂਹਾ ਖੁੱਲ੍ਹਾ ਰਹਿੰਦਾ ਜੀ ਉੱਧਰ, ਉਹਦੇ ਹੁਣ ਡਾ ਕਮਾਲ ਹੋ ਗਈ ਯਾਰ, ਤੋਂ ਬੂਹਾ ਹੀ ਖੁੱਲ੍ਹਾ ਛੱਡਾ, ਦਾ ਘੋਰ ਬੱਚਾ ਕੋਈ ਫੜ ਕੇ ਲਿਆ, ਹੋਰ ਲਿਆ ਬੱਚਾ ਕੋਈ। ਬੜੀ ਬੜੀ ਮਿਹਰਬਾਨੀ ਹੈ ਦੋਸਤਾਂ ਦੀ, ਦੋਸਤ ਆਏ ਨੇ, ਇਹਨਾਂ ਦੀ ਮੁਹੱਬਤ ਜਰਾ ਅੱਜ ਤੁਹਾਨੂੰ ਸ਼ੌਕ ਕਰਾਉਂਦੇ ਜੀ ਆਪਣੇ ਸਾਰੇ ਕਬੂਤਰ। ਉਹ ਮੈਂ ਕੱਢ ਲਾਂਗਾ ਤੂੰ, ਠੀਕ ਹੈ ਬੂਹਾ ਅੱਡ ਤੂੰ। ਦੇਖੋ ਬੱਚੇ ਦਾ ਸ਼ੌਕ, ਚੱਲ ਡਾਕਟਰ ਲਓ ਜੀ, ਮੈਂ ਤੁਹਾਨੂੰ ਸ਼ੌਕ ਕਰਾਉਂਦਾ ਦੋਸਤਾਂ ਨੂੰ, ਇਨਸ਼ਾਅੱਲਾ ਜੀ ਯਕੀਨ ਤੁਹਾਨੂੰ ਮਜ਼ਾ ਆਏਗਾ ਜੀ। ਅਮਰ ਭਾਈ
ਨੌ ਪਾਈ ਜਾਣਾ ਤੁਹਾਡਾ ਸ਼ੌਕ ਹੋਏ ਆਪਣੇ ਜਾਨਵਰਾਂ ਦਾ। ਅਮਰ ਬੱਬਰ ਸ਼ੇਰ ਬਾਈ, ਵਾਹ ਜੀ ਵਾਹ। ਅਮਰ ਜੀ ਸਾਨੂੰ ਕਮੈਂਟਸ ਵੀ ਦਿਆ ਕਰੋ ਆਪਣੇ, ਅਜੇ ਜਿੰਨੇ ਬਾਹਰ ਨਿਕਲੇ ਮੈਂ ਤੁਹਾਨੂੰ ਦੱਸਦੇ ਨੇ ਜੀ। ਹਾਂਜੀ ਦੇਖੋ ਸਾਹ ਜੀ, ਇਹ ਜੀ ਮੈਂ ਆਪਣੇ ਤੋਂ ਮਾੜੇ ਜਿਹੇ ਰੱਖੇ ਨੇ, ਬਸ ਠੀਕ, ਇਹਨਾਂ ਦਾ ਰਿਜ਼ਲਟ ਚੰਗਾ ਹੈਗਾ, ਸਾਡਾ ਸ਼ੌਕ ਪੂਰਾ ਕਰਾਉਂਦੇ ਨੇ ਅਲਹਮਦੁਲਿਲਾ। ਹਲੇ ਮੈਂ ਡਾਕਿਆ ਨਾ ਤਾਂ ਉਹ ਤਾਂ ਬਾਹਰ ਕੱਢ ਦੇਣਾ, ਬੱਚੇ ਬਾਹਰ ਕੱਢ ਦੇਣਾ। ਉਹ ਤਾਂ ਢੋਣੀ ਬੂਆ ਜੀ, ਇਨਸ਼ਾਅੱਲਾ ਜੀ ਯਕੀਨ ਤੁਹਾਨੂੰ ਭਾਈ ਪਸੰਦ ਆਇਆ ਹੋਵੇਗਾ ਕਬੂਤਰ ਸਾਡੇ ਨਾਲ। ਅਤੇ ਜੀ ਸਭ ਦੋਸਤ ਆਪਣਾ ਗਰਮੀ ਜੀ ਆਪਣਾ ਖਿਆਲ ਰੱਖਣ, ਆਪਣੀ ਸਿਹਤ ਦਾ ਖਿਆਲ ਰੱਖੋ, ਠੀਕ ਹੈ ਜੀ। ਅਤੇ ਮੈਂ ਵੈਸੇ ਇੱਕ ਗਰਮੀ ਦਾ ਟੋਟਕਾ ਤੁਹਾਨੂੰ ਦੋਸਤਾਂ ਨੂੰ ਦੱਸਣਾ, ਔਰ ਯਕੀਨ ਕਰ ਕੇ ਜਾਣਾ ਬੜੇ ਮਜ਼ੇਦਾਰ ਟੋਟਕਾ ਹੈਗਾ, ਉਹ ਜੋ ਅੰਦਰ ਬਾਹਰ ਕੱਢ ਦੇ ਅਤੇ ਮਜ਼ਾ ਆਏਗਾ ਤੁਹਾਨੂੰ, ਦੋਸਤ ਕਹਿਣਗੇ ਬਾਕੀ ਯਾਰ ਸਹੀ ਦੱਸਿਆ, ਔਰ ਬਿਹਤਰੀਨ ਟੋਟਕਾ, ਔਰ ਖਾਸ ਕਰਕੇ ਰੋਜ਼ੇ ਦਾਰਾਂ ਵਾਸਤੇ। ਭਾਜਨ ਗੱਲ ਇਹ ਹੈ ਕਿ ਬਦਾਮ ਲਵੋ 22 ਤੋਂ 21 ਤੋਂ 22 ਗਿੰਨੀਆਂ, ਬਦਾਮ ਚੱਕ ਕੇ ਮਿੱਠੇ ਬਦਾਮ ਉਹਨਾਂ ਦੇ ਰਗੜੋ, ਅਤੇ ਉਹਦੇ 'ਚ ਦੋ ਇੱਕ ਇੱਕ ਚੂੰਡੀ ਜਿਹੜੀ ਨਾ ਕਹੋ ਕੁਲਫਾ ਕਾਸਮੀ ਦੀ ਪਾਓ, ਕਹੋ ਕੁਲਫਾ ਕਾਸਮੀ ਰਗੜ ਕੇ ਚੰਗੀ ਤਰ੍ਹਾਂ, ਅਤੇ ਪਾਣੀ ਪਾ ਕੇ ਅਤੇ ਪੁਣ ਲਵੋ, ਅਤੇ ਉਹ ਪਾਣੀ ਪੀਓ ਬਾਦਸ਼ਾਹ, ਅਤੇ ਇਨਸ਼ਾਅੱਲਾ ਯਾਦ ਹੀ ਕਰੋਗੇ ਭਰਾ ਨੂੰ, ਬਾਕੀ ਭਰਾ ਨੇ ਕੋਈ ਨੁਸਖਾ ਦੱਸਿਆ, ਸਿਹਤ ਵੀ ਠੀਕ, ਹਰ ਚੀਜ਼ ਠੀਕ, ਔਰ ਇਨਸ਼ਾਅੱਲਾ ਸਾਰੀ ਐਨਰਜੀ ਬਹਾਲ ਹੋ ਜਾਏਗੀ। ਇਹ ਦੇਖੋ ਜੀ ਉਹ ਬੱਚੇ ਨੇ ਕੱਢੇ ਨੇ ਪੱਠੀਆਂ ਪੱਠੇ ਬਾਹਰ, ਤੁਹਾਨੂੰ ਉਹਨਾਂ ਦਾ ਵੀ ਸ਼ੌਕ ਕਰਾਈਏ ਰੱਖੋ। ਬੋੜੋ ਬਾਹਰ
ਬਸ ਜੀ ਇਹ ਮਾੜਾ ਮੋਟਾ ਸ਼ੌਕ ਰੱਖਿਆ ਜਨਾਬ, ਦੋਸਤਾਂ ਨੂੰ ਸ਼ੌਕ ਕਰਾ ਖੜਿਆ, ਅਤੇ ਕੱਲ੍ਹ ਮੈਂ ਤੁਹਾਨੂੰ ਪਰਲੇ ਖੁੱਡੇ ਦਾ ਕਰਾਵਾਂਗਾ ਜੀ। ਫਿਰ ਉਸ ਦੋ ਖੁੱਡੇ ਪਰਲੇ ਪਾਸੇ ਇੱਕ ਉਹ ਖੁੱਡਾ ਹੈਗਾ, ਇੱਕ ਉਹ ਹੈਗਾ ਬੰਦ ਕੀਤਾ, ਉੱਧਰ ਸ਼ੌਕ ਕਰਾਵਾਂਗੇ। ਸਾਡੇ ਕੋਲ ਸਾਰੇ ਡੈਡੀ ਕਬੂਤਰ ਨੇ, ਲਾਲ ਅੱਖਾਂ ਦੇ ਕਬੂਤਰੇ ਨੇ ਕੁਛ, ਅਤੇ ਡੈਡੀ ਕਬੂਤਰ ਦਾਣਾ ਪਾਤਾ ਇਹਦਾ, ਮੇਰਾ ਜਿੰਟ ਵਾਲਾ ਨਾਲ ਰਹਿੰਦਾ।